ਸੁਣਨਾ ਤੇ ਸੁਣਾਉਣਾ ਇਨਸਾਨ ਦੀ ਫਿਤਰਤ ਹੈ। ਇਹਨਾਂ ਕਹਾਣੀਆਂ ਵਿੱਚ ਛੁਪੇ ਹੁੰਦੇ ਨੇ ਸਫਲਤਾਵਾਂ ਦੇ ਰਾਜ਼ ਤੇ ਕਾਮਯਾਬੀਆਂ ਦੇ ਅਫਸਾਨੇ ਜੋ ਸਾਨੂੰ ਵਿਕਾਸ ਦੇ ਨਵੇਂ ਰਾਹ ਤੇ ਪਾਉਂਦੇ ਨੇ। ਮਨੁੱਖ ਦੇ ਵਿਕਾਸ ਨੂੰ ਚੱਕੇ ਦੀ ਖੋਜ ਨੇ ਇੱਕ ਨਵੀਂ ਗਤੀ ਦਿੱਤੀ ਤੇ ਇੱਕ ਪੰਜਾਬੀ ਨੇ ਇਸੇ ਮੁੱਢਲੀ ਖੋਜ ਨੂੰ ਆਧਾਰ ਬਣਾ ਕੇ ਤਲਾਸ਼ ਕੀਤੇ ਸਫਲਤਾਵਾਂ ਤੇ ਤਰੱਕੀ ਦੇ ਨਵੇਂ ਦਿਸਤੇ ਜਿਨ੍ਹਾਂ ਨੂੰ ਸਰ ਕਰਕੇ ਉਹ ਬਣੇ ਟੌਪ ਤੇ ਪੰਜਾਬੀ ਅਚੀਵਰ। ਆਓ ਜਾਣਦੇ ਹਾਂ ਉਹਨਾਂ ਦੀ ਸਫਲਤਾ ਦੀ ਕਹਾਣੀ ਬਾਰੇ। ਜ਼ਿੰਦਗੀ ਭਾਵੇਂ ਚੱਕੇ ਦੀ ਤਰ੍ਹਾਂ ਘੁੰਮਦੀ ਹੈ ਪਰ ਇਸ ਦੀ ਰਫ਼ਤਾਰ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ। ਸਾਲ 1947 ਇੱਕ ਵਿਸ਼ਾਲ ਦੇਸ਼ ਦਾ ਬਟਵਾਰਾ। ਹਰ ਸ਼ਹਿ ਆਪਣੀਆਂ ਜੜ੍ਹਾਂ ਤੋਂ ਇਸ ਕਦਰ ਉਖੜੀ ਕਿ ਉਸਦਾ ਮੁੜ ਸਥਾਪਿਤ ਹੋਣਾ ਨਾਮੁਮਕਿਨ ਲੱਗਾ। ਪਰ ਪੰਜਾਬੀਆਂ ਦੇ ਖੂਨ ਵਿੱਚ ਤਾਂ ਹੈ ਹਾਲਾਤ ਨਾਲ ਜੂਝਣ ਦੀ ਭਾਵਨਾ। ਇਸੇ ਭਾਵਨਾ ਨੇ ਪਾਕਿਸਤਾਨ ਤੋਂ ਆਏ 4 ਪੰਜਾਬੀ ਭਰਾਵਾਂ ਨੂੰ ਮੁੜ ਵਸਣ ਲਈ ਹਲੂਣਿਆਂ ਪ੍ਰੇਰਨਾ ਦਿੱਤੀ। ਉਹਨਾਂ ਜ਼ਿੰਦਗੀ ਚਲਾਉਣ ਲਈ ਕੰਮ ਆਰੰਭ ਕੀਤਾ ਸਾਈਕਲਾਂ ਦੇ ਕਲਪੁਰਜ਼ੇ ਬਣਾਉਣ ਦਾ। ਦਯਾਨੰਦ, ਬ੍ਰਿਜ ਮੋਹਨ, ਸਤਿਆਨੰਦ ਤੇ ਓਮ ਪ੍ਰਕਾਸ਼ ਮੁੰਜਾਲ ਨੇ ਵਕਤ ਦੀ ਮੰਗ ਅਤੇ ਦੇਸ਼ ਦੀ ਆਰਥਿਕਤਾ ਨੂੰ ਧਿਆਨ ਚ ਰੱਖਦੇ ਹੋਏ ਮਨੁੱਖ ਦੀ ਮੁੱਢਲੀ ਖੋਜ ਪਹੀਏ ਨੂੰ ਆਧਾਰ ਬਣਾ ਕੇ ਸਫਲ ਹੋਣ ਦਾ ਸੁਪਨਾ ਸੰਜੋਇਆ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਲੁਧਿਆਣਾ ਵਿੱਚ ਸਥਾਪਿਤ ਕੀਤਾ ਗਿਆ ਇੱਕ ਛੋਟਾ ਜਿਹਾ ਕਾਰਖਾਨਾ ਸਾਈਕਲ ਬਣਾਉਣ ਦਾ। ਸਿਆਣੇ ਕਹਿੰਦੇ ਨੇ ਹਿੰਮਤ ਅੱਗੇ ਲਕਸ਼ਮੀ ਤੇ ਪੱਖੇ ਅੱਗੇ ਪਾਉਣ। ਮਿਹਨਤ ਨੇ ਰੰਗ ਵਿਖਾਇਆ, ਸਮੇਂ ਨੇ ਕਰਵਟ ਲਈ ਤੇ ਕੁਝ ਹੀ ਸਾਲਾਂ ਵਿੱਚ ਹੀਰੋ ਸਾਈਕਲ ਨੇ ਭਾਰਤੀਆਂ ਦਾ ਦਿਲ ਜਿੱਤ ਲਿਆ ਆਪਣੀ ਸ਼ਾਨ ਤੇ ਸ਼ਕਤੀ ਕਰਕੇ। ਫਿਲਮੀ ਹੀਰੋਆਂ ਵਾਂਗ ਇਹ ਹੀਰੋ ਵੀ ਘਰ ਘਰ ਦੀ ਪਸੰਦ ਬਣ ਗਿਆ। ਸਾਕਾਰ ਹੋਇਆ ਮੁੰਜਾਲ ਭਰਾਵਾਂ ਦਾ ਸੁਪਨਾ, ਜਿਨ੍ਹਾਂ ਚੋਂ ਇੱਕ ਨੇ ਸ਼੍ਰੀ ਓਪੀ ਮੁੰਜਾਲ। ਉੱਨੀ ਸੌ 1947 ਵਿੱਚ ਅਸੀਂ ਛੋਟਾ ਜਿਹਾ ਕੰਮ, 4 ਬ੍ਰਦਰਸ ਮੁੰਜਾਲ ਬ੍ਰਦਰਸ ਨੇ ਮਿਲ ਕੇ ਸਾਈਕਲ ਪਾਰਟ ਸਪਲਾਈ ਦਾ ਕੰਮ ਸ਼ੁਰੂ ਕੀਤਾ। ਹਿੰਦੁਸਤਾਨ ਆਜ਼ਾਦ ਹੋ ਗਿਆ ਔਰ ਸਾਈਕਲ ਬਾਹਰੋਂ ਇੰਪੋਰਟ ਹੋਣੀ ਬੰਦ ਹੋ ਗਈ। ਸਾਈਕਲ ਬਣਨੀ ਹਿੰਦੁਸਤਾਨ ਵਿੱਚ ਸ਼ੁਰੂ ਹੋ ਗਈ। ਸਾਨੂੰ ਵੀ ਮੌਕਾ ਮਿਲਿਆ, ਅਸੀਂ ਵੀ ਮੈਨੂਫੈਕਚਰਿੰਗ ਸ਼ੁਰੂ ਕਰਤੀ ਸਾਈਕਲ ਪਾਰਟਸ ਦੀ। ਜਦੋਂ ਅਸੀਂ ਸਾਈਕਲ ਲੈ ਕੇ ਆਏ, ਸਾਈਕਲ ਹੋਰ ਵੀ ਛੋਟੇ ਸਕੇਲ 'ਤੇ ਬੜੀ ਮਾਰਕੀਟ 'ਚ ਆਈ, ਲੇਕਿਨ ਅਸੀਂ ਲੋਕ ਆਏ, ਸਾਡਾ ਰਿਲੇਸ਼ਨ ਪਿਆਰ ਅੱਛਾ ਦੋਸਤਾਨਾ ਸੀ ਉਹਨਾਂ ਨਾਲ, ਮਾਲ ਵੀ ਤੱਕ ਠੀਕ ਬਣਾਇਆ ਔਰ ਸਾਨੂੰ ਬਹੁਤ ਜਲਦੀ ਚਾਂਸ ਮਿਲਿਆ। ਹਰ ਸਾਲ ਸਾਈਕਲ ਦੀ ਪ੍ਰੋਡਕਸ਼ਨ ਸਾਡੀ ਉੱਪਰ ਚਲਦੀ ਚਲਦੀ ਗਈ। ਹਿੰਦੁਸਤਾਨ ਦੀ ਟੋਟਲ ਪ੍ਰੋਡਕਸ਼ਨ 1,14,00,000 ਸੀ ਉਸ ਸਾਲ, ਸਾਡੀ ਉਹਦੇ 'ਚ ਲਗਭਗ 57,00,000 ਸਾਈਕਲ ਸੀ। ਫਾਰਚੂਨੇਟਲੀ ਬਹੁਤ ਅੱਛੀ ਪਸੰਦ ਕੀਤੀ ਗਈ। ਅੱਜ ਕੇਵਲ ਹੀਰੋ ਸਾਈਕਲ ਵਰਲਡ ਦੇ ਵਿੱਚ ਐਸੀ ਕੰਪਨੀ ਹੈ ਜਿਹੜੀ ਸਾਰੇ ਪਾਰਟਸ ਆਪ ਬਣਾ ਰਹੀ ਹੈ। ਮੁੰਜਾਲ ਭਰਾਵਾਂ ਦੀ ਕੰਪਨੀ ਨੇ ਦੁਨੀਆ ਦੇ ਸਭ ਤੋਂ ਵੱਡੇ ਸਾਈਕਲ ਨਿਰਮਾਤਾ ਹੋਣ ਦਾ ਮਾਣ ਹਾਸਲ ਕੀਤਾ ਅਤੇ ਦਰਜ ਕਰਵਾਇਆ ਆਪਣਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਵਿੱਚ। ਓਪੀ ਮੁੰਜਾਲ ਹੋਰਾਂ ਦੀ ਫੈਕਟਰੀ ਤੋਂ ਰੋਜ਼ਾਨਾ 18,500 ਦੇ ਕਰੀਬ ਸਾਈਕਲ ਬਣ ਕੇ ਨਿਕਲਦੇ ਨੇ। ਜੋ ਆਮ ਆਦਮੀ ਦੀ ਲੋੜ ਪੂਰੀ ਕਰਦੇ ਨੇ। ਹਰ 10ਵਾਂ ਭਾਰਤੀ ਆਪਣੀ ਜ਼ਿੰਦਗੀ ਵਿੱਚ ਇੱਕ ਨਾ ਇੱਕ ਵਾਰੀ ਉਹਨਾਂ ਦਾ ਬਣਾਇਆ ਹੋਇਆ ਸਾਈਕਲ ਜ਼ਰੂਰ ਚਲਾਉਂਦਾ ਹੈ। ਅੱਜ ਤੱਕ ਇੱਥੋਂ ਕੋਈ 95 ਮਿਲੀਅਨ ਸਾਈਕਲਾਂ ਦਾ ਨਿਰਮਾਣ ਹੋ ਚੁੱਕਿਆ ਹੈ, ਜੋ ਸਿਰਫ ਹਿੰਦੁਸਤਾਨ ਹੀ ਨਹੀਂ ਸਗੋਂ 99 ਵੱਖ ਵੱਖ ਦੇਸ਼ਾਂ ਦੀਆਂ ਸੜਕਾਂ ਦੀ ਸ਼ਾਨ ਬਣੇ ਹੋਏ ਨੇ। I'm SK from Malaysia. I'm traveling from Europe to Malaysia with my companion. And today is our second day in India and we passed by Ludhiana.
we have heard of Hero Cycles, one of the oldest brand and biggest brand in India. So we like to see the factory. Aaj Hero 18 companiyan da samuh hai jithe 23000 to vadh karmchari kaam karde ne, 300 to vadh suppliers ne, 5000 de kareeb outlets te is di salana turnover 2.2 billion US dollars ne. ਦੋਸਤੋ, ਕਾਮਯਾਬੀ ਸਾਡੇ ਆਪਣੇ ਹੱਥ ਹੁੰਦੀ ਹੈ। ਸਫਲਤਾ ਹਾਸਲ ਕਰਨ ਲਈ ਨਵੀਂ ਸੋਚ ਅਪਣਾਉਣੀ ਪੈਂਦੀ ਹੈ, ਨਵੀਆਂ ਦਿਸ਼ਾਵਾਂ ਦੀ ਤਲਾਸ਼ ਕਰਕੇ ਨਵੇਂ ਰਾਹਾਂ ਦੇ ਪਾਂਧੀ ਬਣਨਾ ਪੈਂਦਾ ਹੈ। ਬਿਲਕੁਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਸਾਡੇ ਅੱਜ ਦੇ ਅਚੀਵਰ ਸ਼੍ਰੀ ਓਮ ਪ੍ਰਕਾਸ਼ ਮੁੰਜਾਲ ਹੋਰਾਂ ਨੇ ਕੀਤਾ, ਤੇ ਇੱਕ ਛੋਟੇ ਜਿਹੇ ਕਾਰਖਾਨੇ ਤੋਂ ਆਰਾਮ ਕਰਕੇ ਸਫ਼ਰ ਉਹ ਪੁੱਜੇ ਦੇਸ਼ ਦੇ ਟੌਪ 10 ਬਿਜ਼ਨਸ ਹਾਊਸਿਸ ਦੀ ਕਲਾਸ ਦੇ ਵਿੱਚ। ਓ ਪੀ ਮੁੰਜਾਲ ਹੋਰਾਂ ਨੇ ਜਿੱਥੇ ਬੇਹੱਦ ਸਫਲਤਾ ਹਾਸਲ ਕੀਤੀ ਹੈ, ਉੱਥੇ ਉਹਨਾਂ ਨੇ ਕਈ ਧਾਰਨਾਵਾਂ ਗਲਤ ਵੀ ਸਾਬਤ ਕੀਤੀਆਂ ਨੇ। ਆਮ ਮੰਨਿਆ ਜਾਂਦਾ ਹੈ ਕਿ ਕਾਰੋਬਾਰੀ ਲੋਕ ਬੜੇ ਸੰਜੀਦਾ ਜਿਹੇ ਕਿਸਮ ਦੇ ਹੁੰਦੇ ਨੇ। ਵਪਾਰੀ ਤੇ ਕਾਰੋਬਾਰੀ ਲੋਕਾਂ ਦਾ ਕਲਾਕਾਰੀ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ, ਪਰ ਓ ਪੀ ਮੁੰਜਾਲ ਜ਼ਿੰਦਾ ਦਿਲ ਤੇ ਖੁਸ਼ ਮਿਜਾਜ ਇਨਸਾਨ ਨੇ, ਤੇ ਸ਼ਾਇਰਾਨਾ ਅੰਦਾਜ਼ ਵਿੱਚ ਗੱਲ ਕਰਨਾ ਉਹਨਾਂ ਦੀ ਵੱਖਰੀ ਪਛਾਣ। ਬੰਦ ਲੋ ਪਹਿਲੇ ਨਿਸ਼ਾਨਾ ਫਿਰ ਖੈਚੋ ਤੀਰ ਕੋ, ਤੋ ਇਸ ਵਾਸਤੇ ਪਹਿਲੇ ਨਿਸ਼ਾਨਾ ਮਤਲਬ ਪਹਿਲੇ ਪਲਾਨ ਕਰ ਲਓ ਤੁਸੀਂ, ਬਈ ਕੀ ਤੁਹਾਡਾ ਟਾਰਗੇਟ ਹੈ, ਕਿੱਥੇ ਤੁਸੀਂ ਪਹੁੰਚਣਾ, ਫਿਰ ਉਸ ਪਲਾਨ ਦੇ ਮੁਤਾਬਕ ਤੁਸੀਂ ਅੱਗੇ ਵਧੋ, ਉਹਦੇ ਵਿੱਚ ਕੋਈ ਬੈਕਆਊਟ ਨਹੀਂ ਹੋਈ। ਓ ਪੀ ਮੁੰਜਾਲ ਹੋਰਾਂ ਦੀ ਕਾਮਯਾਬੀ ਦਾ ਇੱਕ ਰਾਜ਼ ਇਹ ਵੀ ਹੈ ਕਿ ਉਹਨਾਂ ਨੇ ਬਿਜ਼ਨਸ ਸੰਬੰਧੀ ਆਪਣੇ ਸਾਰੇ ਖਿਆਲਾਤ ਆਪਣੇ ਸਾਥੀਆਂ ਨਾਲ ਬੜੇ ਖੁੱਲ ਕੇ ਸਾਂਝੇ ਕੀਤੇ। ਕੰਪਨੀ ਦੇ ਮੈਨੇਜਰ ਹੋਣ, ਡੀਲਰ ਜਾਂ ਮਜ਼ਦੂਰ, ਓ ਪੀ ਮੁੰਜਾਲ ਹਰ ਬੰਦੇ ਦੀ ਅਹਿਮੀਅਤ ਜਾਣਦੇ ਨੇ ਤੇ ਉਹਨਾਂ ਦੇ ਕੰਮ ਦਾ ਮੁੱਲ ਪਾਉਣਾ ਵੀ। ਹਰੇਕ ਵਰਕਰ ਈਜ਼ੀਲੀ ਅਸੈਸੀਬਲ ਹੈ ਟੂ ਦਾ ਹਰ ਟੌਪ ਮੈਨੇਜਮੈਂਟ, ਕਿਸੇ ਨੂੰ ਵੀ ਕਿਸੇ ਦੇ ਵਿਚਕਾਰ ਪੁੱਛਣ ਦੀ ਜ਼ਰੂਰਤ ਨਹੀਂ ਪੈਂਦੀ। ਬਾਬੂ ਓਮ ਪ੍ਰਕਾਸ਼ ਜੀ ਬਹੁਤ ਵੱਡੇ ਵਿਜ਼ਨਰੀ, ਬਹੁਤ ਵੱਡੇ ਪੋਇਟ, ਬਹੁਤ ਵੱਡੇ ਲੇਖਕ, ਇੱਕ ਗਾਈਡ, ਇੱਕ ਫਿਲੈਂਥਰੋਪਿਸਟ ਤੋਂ ਇਲਾਵਾ ਇੱਕ ਕੁਇਕ ਡਿਸੀਜ਼ਨ ਮੇਕਰ, ਜਿਹੜਾ ਕਿ ਇੱਕ ਬਹੁਤ ਵੱਡੀ ਕਿਸੇ ਦੀ ਕੁਆਲਿਟੀ ਹੋਣੀ ਚਾਹੀਦੀ ਹੈ ਕਿਸੇ ਨੂੰ ਕੰਪਨੀ ਨੂੰ ਚਲਾਉਣ ਵਾਸਤੇ, ਉਹ ਇਹਨਾਂ ਦੇ ਵਿੱਚ ਹੈ। ਸ਼੍ਰੀ ਓ ਪੀ ਮੁੰਜਾਲ ਜਿਨ੍ਹਾਂ ਦੀ ਕੰਪਨੀ 4 ਸਕਿੰਟ ਦੇ ਬੜੇ ਥੋੜੇ ਜਿਹੇ ਸਮੇਂ ਵਿੱਚ ਇੱਕ ਸਾਈਕਲ ਬਣਾਉਣ ਦੀ ਸਮਰੱਥਾ ਰੱਖਦੀ ਹੈ, ਉੱਥੇ ਉਹ ਆਪ ਸਮਰੱਥ ਨੇ ਲੌਂਗ ਟਰਮ ਰਿਲੇਸ਼ਨਸ਼ਿਪਸ ਬਣਾਉਣ ਤੇ ਨਿਭਾਉਣ ਦੇ ਵਿੱਚ। ਉਹਨਾਂ ਦੇ ਇਸੇ ਗੁਣ ਨੇ ਕਈ ਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਨਾਲ ਜੁੜ ਕੇ ਭਾਰਤ ਨੂੰ ਸਿਰਫ ਸਾਈਕਲ ਹੀ ਨਹੀਂ ਸਗੋਂ ਮੋਪੈਡ, ਸਕੂਟਰ, ਮੋਟਰਸਾਈਕਲ ਤੇ ਹੋਰ ਅੱਤ ਵਿਕਸਿਤ ਮਸ਼ੀਨਾਂ ਦੇ ਨਵੇਂ ਮਾਡਲ ਪ੍ਰਦਾਨ ਕੀਤੇ ਨੇ। ਅੱਜ ਜਿੱਥੇ ਆਮ ਪਰਿਵਾਰ ਇਕਹਿਰੇ ਹੁੰਦੇ ਜਾ ਰਹੇ ਨੇ ਤੇ ਵੱਡੇ ਵੱਡੇ ਵਪਾਰੀ ਘਰਾਣੇ ਟੁਕੜਿਆਂ 'ਚ ਵੰਡੇ ਜਾ ਰਹੇ ਨੇ, ਉੱਥੇ ਮੁੰਜਾਲ ਭਰਾਵਾਂ ਦੀ ਇਕੱਠੇ ਰਹਿ ਕੇ ਕਾਮਯਾਬੀ ਹਾਸਲ ਕਰਨ ਦੀ ਪਿਰਤ ਜਾਰੀ ਹੈ ਪਿਛਲੀਆਂ 3 ਪੀੜ੍ਹੀਆਂ ਤੋਂ, ਕਿਉਂਕਿ ਉਹ ਜਾਣਦੇ ਨੇ ਕਿ ਏਕੇ ਵਿੱਚ ਹੀ ਬਰਕਤ ਹੁੰਦੀ ਹੈ। ਪਰ ਇਹ ਵੀ ਸੱਚ ਹੈ ਕਿ ਸਫਲਤਾ ਦੇ ਇੰਨੇ ਲੰਬੇ ਸਫ਼ਰ ਵਿੱਚ ਕਿਤੇ ਨਾ ਕਿਤੇ ਮਨ ਜ਼ਰੂਰ ਡੋਲਿਆ ਹੋਏਗਾ ਜਦੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੋਏਗਾ, ਪਰ ਕੋਈ ਨਾ ਕੋਈ ਜ਼ਰੂਰ ਹੁੰਦਾ ਹੈ ਜੋ ਕਮਜ਼ੋਰ ਪਲਾਂ ਦੇ ਵਿੱਚ ਸ਼ਕਤੀ ਬਣ ਕੇ ਸਾਹਮਣੇ ਆਉਂਦਾ ਹੈ। ਕਿ ਇੰਪੋਰਟ ਕਰਦੇ ਸੀ ਚੇਨ, ਫ੍ਰੀ ਵੀਲ ਹੱਬ ਇੰਪੋਰਟ ਕਰਦੇ ਸੀ, ਟਾਇਰ ਵਾਸਤੇ ਵੀ ਪੇਮੈਂਟ ਪਹਿਲੇ ਕਰਨੀ ਪੈਂਦੀ ਸੀ, ਇਤਨਾ ਸਰਮਾਇਆ ਨਹੀਂ ਸੀ ਔਰ ਨਾ ਹੀ ਗੌਰਮੈਂਟ ਦੀ ਤਰਫੋਂ ਕੋਈ ਉਸ ਵਕਤ ਲੋਨ ਮਿਲਦੇ ਸਨ, ਅਗੇਂਸਟ ਸਾਈਕਲ ਅਪਰੂਵ ਕਮਾਂਡਰੀ ਨਹੀਂ ਸੀ। ਉਸ ਵਕਤ ਸਾਨੂੰ ਬਹੁਤ ਬੜੀ ਤਕਲੀਫ ਆਈ, ਉਸ ਵਕਤ ਐਸੀ ਸਿਚੁਏਸ਼ਨ ਆਈ ਕਿ ਮੈਂ ਕਿਹਾ ਸਾਈਕਲ ਬਣਾਉਣੀ ਬੰਦ ਕਰੋ, ਅੱਛਾ ਕੰਮ ਸੀ ਸਾਡਾ ਸਪੇਅਰ ਪਾਰਟਸ ਦਾ। ਬ੍ਰਿਜਮੋਹਨ ਜੀ ਮੇਰੇ ਵੱਡੇ ਭਾਈ ਸਾਹਿਬ ਬੜੇ ਸੰਜਮੀ, ਸਮਝਦਾਰ, ਦੂਰਦਰਸ਼ੀ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਬੰਦ ਕਰ ਦਿਆਂਗੇ। ਲੇਕਿਨ ਉਹਨਾਂ ਨੇ ਅੰਦਰੋਂ ਅੰਦਰ ਕੋਸ਼ਿਸ਼ ਕੀਤੀ ਹੋਈ ਸੀ, ਜਿਹੜੀ ਚੁਣੌਤੀ ਸੀ ਸਾਡੇ ਵਾਸਤੇ, ਇਹਨੂੰ ਅਸੀਂ ਬੜੇ ਸੌਖੇ ਤਰੀਕੇ ਨਾਲ ਪਾਰ ਕਰ ਲਿਆ
ਓਪੀ ਮੁੰਜਾਲ ਆਪਣੇ ਕਾਰੋਬਾਰ ਨੂੰ ਚਲਾਉਣ ਦੇ ਨਾਲ ਨਾਲ ਸਮਾਜ ਪ੍ਰਤੀ ਬਣਦੇ ਆਪਣੇ ਫਰਜ਼ ਨੂੰ ਵੀ ਬਖੂਬੀ ਨਿਭਾ ਰਹੇ ਨੇ। ਸਕੂਲ ਨੇ, ਕਾਲਜ ਹੈ, ਬੀਐਡ ਕਾਲਜ ਹੈ, ਹਾਸਪਿਟਲ ਹੈ, ਉਹ ਇੱਥੇ ਦਿਆਨੰਦ ਮੈਡੀਕਲ ਕਾਲਜ ਹਾਸਪਿਟਲ ਬ੍ਰਿਜਮੋਹਨ ਜੀ ਉਹਦੇ ਪ੍ਰੈਜ਼ੀਡੈਂਟ ਨੇ ਪਿਛਲੇ 15-20 ਸਾਲ ਤੋਂ। ਸਕੂਲ, ਕਾਲਜ, ਹਾਸਪਿਟਲ ਇਹ ਰੈਗੂਲਰ ਤੌਰ 'ਤੇ ਸਕੂਲ ਨੇ, ਬਹੁਤ ਅੱਛੇ ਸਕੂਲ ਕਾਲਜ ਜਿਹੜੇ ਅਸੀਂ ਬਣਾਏ ਨੇ, ਔਰ ਇਸੇ ਤਰ੍ਹਾਂ ਦੇ ਸਾਡੇ ਫਰਦਰ ਵੀ ਜਿਸ ਤਰ੍ਹਾਂ ਇੱਧਰ ਡਿਵੈਲਪਮੈਂਟ ਹੋ ਰਹੀ ਹੈ ਅਸੀਂ ਉਸ ਖੇਤਰ ਵਿੱਚ ਕੋਸ਼ਿਸ਼ ਕਰ ਰਹੇ ਹਾਂ। ਇਹਦੇ ਇਲਾਵਾ ਇਸੇ ਤਰ੍ਹਾਂ ਹੀ ਸਕੂਲ, ਕਾਲਜ ਗੁੜਗਾਉਂ ਨੇ ਸਾਡੇ। ਉਮਰ ਦੇ 7 ਦਹਾਕੇ ਪਾਰ ਕਰ ਚੁੱਕੇ ਸ਼੍ਰੀ ਓਪੀ ਮੁੰਜਾਲ ਅੱਜ ਵੀ ਜਦੋਂ ਆਫਿਸ ਆਉਂਦੇ ਨੇ ਤਾਂ ਬੜੇ ਉਤਸ਼ਾਹ ਤੇ ਜੋਸ਼ ਦੇ ਨਾਲ ਕੰਮ ਦੀ ਨਿਗਰਾਨੀ ਕਰਦੇ ਨੇ ਤੇ ਆਪਣੇ ਕਰਮਚਾਰੀਆਂ ਨੂੰ ਲੋੜੀਂਦੀ ਅਗਵਾਈ ਦਿੰਦੇ ਨੇ ਤੇ ਪ੍ਰੇਰਣਾ ਵੀ। ਉਹਨਾਂ ਦੇ ਸਥਾਪਿਤ ਕੀਤੇ ਸਾਮਰਾਜ ਦੀਆਂ ਹੱਦਾਂ ਹੋਰ ਅੱਗੇ ਤੋਂ ਅੱਗੇ ਵੱਧਦੀਆਂ ਜਾ ਰਹੀਆਂ ਨੇ ਸਫਲਤਾ ਦੇ ਨਵੇਂ ਦਿਸਤਿਆਂ ਨੂੰ ਸਰ ਕਰਨ ਲਈ। ਤੁਝੇ ਕਾਮ ਕਰਨਾ ਹੈ ਐ ਮਰਦਕਾਰ, ਨਹੀਂ ਉਸਕੇ ਫਲ ਪਰ ਤੁਝੇ ਅਖਤਿਆਰ, ਕੀਏ ਜਾ ਅਮਲ ਔਰ ਨਾ ਢੂੰਡ ਉਸਕਾ ਫਲ, ਅਮਲ ਕਰ ਨਾ ਹੋ ਬੇਅਮਲ, ਕਰਮ ਕਰ ਕਰਮ ਕਰ ਮਨੁੱਖ ਤੂੰ ਕਰਮ ਕਰ। ਅੰਬਰਾਂ ਦੇ ਵਿੱਚ ਮੈਂ ਤਾਂ ਲਾਉਣੀ ਹੈ ਉਡਾਰੀ, ਜਿੱਤਣੀ ਹੈ ਦੁਨੀਆ ਮੈਂ ਸਾਰੀ ਦੀ ਸਾਰੀ। ਜੀ ਹਾਂ, ਸਾਰੀ ਦੀ ਸਾਰੀ ਦੁਨੀਆ ਜਿੱਤਣੀ ਵੀ ਔਖੀ ਨਹੀਂ ਜੇ ਅਹਿਦ ਕਰ ਲਿਆ ਜਾਏ ਤੇ ਮਿਹਨਤ ਨੂੰ ਅਪਣਾ ਲਿਆ ਜਾਏ। ਕਿਉਂ ਹੈ ਨਾ ਸੱਚ? ਸੱਚ ਇਹ ਵੀ ਹੈ ਕਿ ਇਸ ਵੇਲੇ ਵੇਲਾ ਹੋ ਰਿਹਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਵਾਅਦਾ ਕਰਦੇ ਹਾਂ ਅਗਲੇ ਹਫ਼ਤੇ ਫਿਰ ਮਿਲਾਵਾਂਗੇ ਇੱਕ ਨਵੇਂ ਅਚੀਵਰ ਦੇ ਨਾਲ। ਤਦ ਤੱਕ ਦਿਓ ਇਜਾਜ਼ਤ, ਸ਼ੁਕਰੀਆ।